ਅੱਛਾ ਦੱਸੋ ਲੰਗਰ ਦੇ ਵਿੱਚ ਕੀ ਤੁਸੀਂ ਬਣਾ ਰਹੇ ਹੋ? 24 ਘੰਟੇ ਚੱਲ ਰਿਹਾ, ਕਦੋਂ ਕਦੋਂ ਚੱਲਦਾ? ਸਵੇਰੇ ਦੋ ਦੋ ਘੰਟੇ ਚੱਲਦਾ ਜੀ, ਸਵੇਰੇ ਦੁਪਹਿਰੀ ਸ਼ਾਮੀ ਤਿੰਨੋਂ ਟਾਈਮ। ਠੀਕ ਹੈ। ਸਾਨੂੰ ਸਾਡੇ ਸਤਿਗੁਰੂ ਦਲੀਪ ਸਿੰਘ ਜੀ ਨੇ ਹੁਕਮ ਕੀਤਾ ਜੀ ਕਿ ਮੰਦਿਰ ਦੀ ਸਥਾਪਨਾ ਹੋ ਰਹੀ ਹੈ, ਮੂਰਤੀ ਸਥਾਪਨਾ, ਤੇ ਉੱਥੇ ਜਾਓ ਤੇ ਭਗਵਾਨ ਰਾਮ ਦੀ ਖੁਸ਼ੀਆਂ ਦੇ ਪਾਤਰ ਬਣੋ, ਸੇਵਾ ਕਰੋ, ਲੰਗਰ ਲਗਾਓ। ਬਹੁਤ ਜ਼ਿਆਦਾ ਜੀ, ਅਸੀਂ ਸਾਧ ਸੰਗਤ ਦੀ ਸੇਵਾ ਕਰਕੇ ਬਹੁਤ ਖੁਸ਼ ਹਾਂ। ਰਾਮ ਭਗਤਾਂ ਦੀ ਰਾਮ ਭਗਤਾਂ ਦੀ ਸੇਵਾ ਕਰਨੀ ਹੈ। ਅਯੋਧਿਆ ਨਗਰੀ ਦੇ ਵਿੱਚ ਰਾਮ ਦੇ ਰੰਗ ਤਾਂ ਹੈਗੇ ਹੀ ਨੇ, ਤੇ ਇਸ ਦੇ ਨਾਲ ਨਾਲ ਹਰ ਧਰਮ ਦੇ ਲੋਕ ਵੀ ਤੁਹਾਨੂੰ ਇੱਥੇ ਨਜ਼ਰ ਆ ਰਹੇ ਹੋਣਗੇ। ਔਰ ਮੈਂ ਖਾਸ ਤੌਰ ਤੇ ਜਦੋਂ ਅਯੋਧਿਆ ਦੇ ਵਿੱਚ ਆਪਾਂ ਐਂਟਰੀ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਇਹਨਾਂ ਦਿਨਾਂ ਦੇ ਵਿੱਚ ਸਭ ਤੋਂ ਪਹਿਲਾਂ ਸਵਾਗਤ ਲੰਗਰ ਦੇ ਨਾਲ ਹੁੰਦਾ ਹੈ, ਜੋ ਨਾਮਧਾਰੀ ਭਾਈਚਾਰੇ ਦੇ ਵੱਲੋਂ ਲਗਾਇਆ ਗਿਆ ਹੈ। ਪੰਜਾਬ, ਯੂਪੀ ਔਰ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਇੱਥੇ ਨਾਮਧਾਰੀ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਪਹੁੰਚੇ ਨੇ, ਤੇ ਉਹਨਾਂ ਦੇ ਵੱਲੋਂ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ। ਇਨਫੈਕਟ ਲਗਾਤਾਰ ਇੱਥੇ ਲੰਗਰ ਚੱਲ ਰਿਹਾ। ਪਹਿਲਾਂ ਥੋੜੀਆਂ ਲੰਗਰ ਦੀਆਂ ਤਸਵੀਰਾਂ ਦੇਖੋ, ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇੱਥੇ ਸਵੇਰੇ ਸ਼ਾਮ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਔਰ ਲੰਗਰ ਤੁਸੀਂ ਦੇਖ ਰਹੇ ਹੋ। ਕਿੱਥੋਂ ਆਏ ਹੋ ਜੀ, ਥੋੜਾ ਜਿਹਾ ਦੱਸ ਦਿਓ। ਅਸੀਂ ਦਿੱਲੀਓਂ, ਪੰਜਾਬ ਤੋਂ ਜੀ। ਸਾਧ ਸੰਗਤ ਇੱਥੇ ਕੀ ਭਾਵ ਹੈ, ਕੀ ਭਾਵਨਾ ਹੈ, ਰਾਮ ਮੰਦਿਰ ਬਣਨ ਜਾ ਰਿਹਾ ਹੈ, ਥੋੜਾ ਜਿਹਾ ਸਾਨੂੰ ਵੀ ਐਕਸਪਲੇਨ ਕਰੋ। ਨਹੀਂ ਜੀ, ਸਾਨੂੰ ਸਾਡੇ ਸਤਿਗੁਰੂ ਦਲੀਪ ਸਿੰਘ ਜੀ ਨੇ ਹੁਕਮ ਕੀਤਾ ਜੀ ਕਿ ਮੰਦਿਰ ਦੀ ਸਥਾਪਨਾ ਹੋ ਰਹੀ ਹੈ, ਮੂਰਤੀ ਸਥਾਪਨਾ, ਤੇ ਉੱਥੇ ਜਾਓ ਤੇ ਭਗਵਾਨ ਰਾਮ ਦੀ ਖੁਸ਼ੀਆਂ ਦੇ ਪਾਤਰ ਬਣੋ, ਸੇਵਾ ਕਰੋ, ਲੰਗਰ ਲਗਾਓ ਜੀ। ਤੇ ਲਗਭਗ ਇੱਕ ਮਹੀਨੇ ਤੋਂ ਪਲੱਸ ਇੱਥੇ ਲੰਗਰ ਲੱਗਣਾ, 14 ਤਰੀਕ ਸ਼ੁਰੂ ਹੋਇਆ ਸੀ ਤੇ ਮਹੀਨੇ ਤੋਂ ਪਲੱਸ ਅੱਗੇ ਜਿਵੇਂ ਸਤਿਗੁਰੂ ਜੀ ਹੁਕਮ ਕਰਨਗੇ ਉਸ ਤਰ੍ਹਾਂ ਹੋਏਗਾ ਜੀ। ਜੀ। ਅੱਛਾ ਦੱਸੋ ਲੰਗਰ ਦੇ ਵਿੱਚ ਕੀ ਤੁਸੀਂ ਬਣਾ ਰਹੇ ਹੋ? 24 ਘੰਟੇ ਚੱਲ ਰਿਹਾ ਹੈ, ਕਦੋਂ ਕਦੋਂ ਚੱਲਦਾ? ਸਵੇਰੇ ਦੋ ਘੰਟੇ ਚੱਲਦਾ ਜੀ, ਸਵੇਰੇ ਦੁਪਹਿਰੀ ਸ਼ਾਮੀ ਤਿੰਨੋਂ ਟਾਈਮ। ਠੀਕ ਹੈ। ਤੇ ਜਿਹੜੀ ਇੱਥੇ ਸੰਗਤ ਪਹੁੰਚ ਰਹੀ ਹੈ, ਉਹਨਾਂ 'ਚ ਕਿਹੋ ਜਿਹਾ ਉਤਸ਼ਾਹ ਹੈ, ਤੁਹਾਡਾ ਉਤਸ਼ਾਹ ਉਹਨਾਂ ਨੂੰ ਦੇਖ ਕੇ ਵਾਧਾ ਹੋਊਗਾ? ਬਹੁਤ ਜ਼ਿਆਦਾ ਜੀ, ਅਸੀਂ ਸਾਧ ਸੰਗਤ ਦੀ ਸੇਵਾ ਕਰਕੇ ਬਹੁਤ ਖੁਸ਼ ਹਾਂ। ਰਾਮ ਭਗਤਾਂ ਦੀ ਜੀ, ਰਾਮ ਭਗਤਾਂ ਦੀ ਸੇਵਾ ਕਰਨੀ ਹੈ। ਤੁਸੀਂ ਦਿੱਲੀ ਤੋਂ ਆਏ? ਦਿੱਲੀ ਤੋਂ ਆਏ ਹਾਂ ਜੀ। ਹਾਂਜੀ, ਠੀਕ ਹੈ। ਤੇ ਤੁਹਾਡੇ ਨਾਲ ਜਿਹੜੇ ਹੋਰ ਸੇਵਾਦਾਰ ਇੱਥੇ ਪਹੁੰਚੇ ਹੋਏ ਆ, ਸਾਰੇ ਦਿੱਲੀ ਤੋਂ ਆਏ ਆ, ਅਲੱਗ ਅਲੱਗ ਥਾਵਾਂ ਤੋਂ? ਹਾਂ ਨਹੀਂ, ਪੰਜਾਬ ਤੋਂ ਵੀ ਆਏ ਨੇ, ਯੂਪੀ ਤੋਂ ਵੀ ਨੇ। ਅੱਛਾ ਜੀ, ਸਾਰੇ ਹੀ ਨੇ? ਸਾਰੇ ਹੈਗੇ ਆ। ਆਪਾਂ ਹੋਰ ਥੋੜੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਮੈਂ ਜ਼ਰੂਰ ਕਰਾਂਗਾ ਜੇ ਅਜੇ ਨਾਲ ਨਾਲ ਤਸਵੀਰਾਂ ਦਿਖਾਉਂਦੇ ਰਹਿਣ। ਕਿੱਥੋਂ ਤੁਸੀਂ ਕਿੱਥੋਂ ਪਹੁੰਚੇ ਹੋਏ ਹੋ? ਅਸੀਂ ਡਿਸਟ੍ਰਿਕਟ ਸ਼ਾਹਜਹਾਨਪੁਰ ਦੀ, ਯੂਪੀ ਤੋਂ। ਯੂਪੀ ਤੋਂ ਆਏ ਹੋਏ ਹੋ, ਤੇ ਸੇਵਾ ਕਰਕੇ ਉਰੇ ਕਿਹੋ ਜਿਹਾ ਅਹਿਸਾਸ ਹੋ ਰਿਹਾ ਇਸ ਪੂਰੇ ਮਾਹੌਲ 'ਚ? ਬਹੁਤ ਮਨਪਸੰਦ ਆ। ਤੁਸੀਂ ਕਿੱਥੋਂ ਆਏ ਹੋ? ਮੈਂ ਹਿਸਾਰ ਹੂੰ, ਸਹਾਰਨਪੁਰ ਤੋਂ। ਹਿਸਾਰ, ਹਰਿਆਣਾ? ਹਿਸਾਰ, ਹਰਿਆਣਾ ਤੋਂ ਆਏ ਹੋ। ਤੁਸੀਂ ਕਿੱਥੋਂ ਆਏ ਹੋ? ਦਿੱਲੀ ਤੋਂ ਜੀ। ਦਿੱਲੀ ਤੋਂ? ਹੋਰ ਤੁਸੀਂ ਪੰਜਾਬ ਤੋਂ ਆਏ ਹੋ? ਕਿੱਥੋਂ ਆਏ ਹੋ? ਅੱਗੇ ਆ ਜਾਓ ਥੋੜਾ, ਅੱਗੇ ਆ ਜਾਓ ਥੋੜਾ ਜਿਹਾ। ਫਤਿਹਗੜ੍ਹ ਸਾਹਿਬ ਤੋਂ ਜੀ। ਅੱਛਾ, ਫਤਿਹਗੜ੍ਹ ਸਾਹਿਬ 'ਚੋਂ ਕਿੱਥੋਂ? ਲਾਂਡਰਾ ਰੋਡ 'ਚੋਂ ਨਹੀਂ। ਅੱਛਾ, ਚਲੋ। ਤੇ ਦੱਸੋ ਕਿ ਕਿੰਨੇ ਦਿਨ ਹੋ ਗਏ ਔਰ ਕਿੰਨੇ ਦਿਨ ਇੱਥੇ ਤੁਸੀਂ ਰਹਿਣਾ ਹੈ, ਕੀ ਪੂਰਾ ਮਾਹੌਲ ਨਜ਼ਰ ਆ ਰਿਹਾ? ਅਸੀਂ 14 ਜਨਵਰੀ ਤੋਂ ਆਏ ਜੀ, ਤੇ 28 ਫਰਵਰੀ ਤੱਕ ਰਹਿਣਾ ਜੀ। ਤਾਂ ਇਹ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਲੰਗਰ ਵਰਤਾਇਆ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਆਪਾਂ ਆਮ ਤੌਰ ਤੇ ਦੇਖਦੇ ਹਾਂ ਲੰਗਰ ਦੀ ਇੱਕ ਜਿਹੜੀ ਪ੍ਰਥਾ ਬਾਬੇ ਨਾਨਕ ਦੇ ਵੱਲੋਂ ਚਲਾਈ ਗਈ, ਉਹ ਅੱਗੇ ਵਾਧੀ ਹੋਈ ਤੇ ਇੱਥੇ ਪਹੁੰਚ ਕੇ ਵੀ ਲੰਗਰ ਲਗਾਇਆ ਗਿਆ। ਫਿਲਹਾਲ ਦਲੀਏ ਦਾ ਲੰਗਰ ਚੱਲ ਰਿਹਾ ਹੈ, ਸਵੇਰੇ, ਦੁਪਹਿਰੇ, ਸ਼ਾਮ, ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਕਿ ਲੰਗਰ ਇਸ ਤਰੀਕੇ ਨਾਲ ਹੀ ਚਲਾਇਆ ਜਾਂਦਾ। ਇੱਥੇ ਜਿਹੜੀ ਸੰਗਤ ਪਹੁੰਚ ਰਹੀ ਹੈ, ਹੋਰ ਲੋਕ ਪਹੁੰਚ ਰਹੇ ਨੇ, ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹੈਗੇ ਨੇ ਔਰ ਲਗਾਤਾਰ ਇੱਥੇ ਲੰਗਰ ਦਾ ਸੇਵਨ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ। ਇਹ ਵੱਖ ਵੱਖ ਅਯੋਧਿਆ ਨਗਰੀ ਦੇ ਰੰਗ ਨੇ, ਪ੍ਰਭੂ ਰਾਮ ਦੀ ਨਗਰੀ ਦੇ ਰੰਗ ਨੇ, ਅਸੀਂ ਤੁਹਾਡੇ ਤੱਕ ਇਸੇ ਤਰੀਕੇ ਨਾਲ ਪਹੁੰਚਾਉਂਦੇ ਰਹਾਂਗੇ। ਅਯੋਧਿਆ ਨਗਰੀ ਤੋਂ ਅਜੇ ਦੇ ਨਾਲ ਗੌਰਵ ਸ਼ੁਕਲਾ, ਨਿਊਜ਼ 18 ਪੰਜਾਬ।